ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਵੱਲੋਂ ਬੇਲਾ ਚੌਂਕ ਰੋਪੜ ਵਿਖੇ ਸ਼ਹੀਦੇ ਆਜਮ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸਮਰਪਿਤ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੀ ਪ੍ਰਧਾਨਗੀ ਗੁਰਵਿੰਦਰ ਸਿੰਘ ਕਮਾਲਪੁਰ ਅਤੇ ਕਮਲ ਰਾਣੇਵਾਲ ਵੱਲੋਂ ਕੀਤੀ ਗਈ। ਇਸ ਮੌਕੇ ਕੈਂਪ ਦੀ ਸਰਪ੍ਰਸਤ ਸ੍ਰੀ ਅਮਰਜੀਤ ਸਿੰਘ ਭੁੱਲਰ ਸੈਕਟਰੀ PPS ਵੱਲੋਂ ਕੀਤੀ ਗਈ। ਕੈਂਪ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੇ ਖੂਨਦਾਨ ਕੀਤਾ ਅਤੇ 100 ਦੇ ਕਰੀਬ ਯੂਨਿਟ ਇਕੱਤਰ ਕੀਤੇ ਗਏ ਅਤੇ ਨੌਜਵਾਨਾਂ ਵੱਲੋਂ ਭਾਰੀ ਉਤਸਵ ਪਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰੀ ਵਰਿੰਦਰ ਸਿੰਘ ਢਿੱਲੋਂ ਨੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਇਹੋ ਜਿਹੇ ਸਮਾਜਿਕ ਕੰਮਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਟੀਮ NSU ਦੀ ਟੀਮ ਹਰ ਤਰ੍ਹਾਂ ਦੀ ਸਹਿਯੋਗ ਦੇਣ ਦੀ ਗੱਲ ਕਹੀ। ਇਸ ਸਰਦਾਰ ਭਗਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਅਸੀਂ ਇਹ ਕੈਂਪ ਲਗਾਇਆ ਜੀ ਅਤੇ ਵੱਧ ਤੋਂ ਵੱਧ ਸਾਡੇ ਯੂਥ ਨੇ ਸਹਿਯੋਗ ਦਿੱਤਾ ਜੀ। ਕੁਰਾਲੀ ਤੋਂ, ਨੂਰਪੁਰ ਤੋਂ, ਆਨੰਦਪੁਰ ਤੋਂ, ਪਰਖਾਲੀ ਤੋਂ, ਰੋਪੜ ਤੋਂ, ਸਾਰੇ ਪਾਸੇ ਤੋਂ, ਮਰੰਡੇ ਤੋਂ ਸਭ ਨੌਜਵਾਨਾਂ ਨੇ ਬਹੁਤ ਵੱਧ ਚੜ੍ਹ ਕੇ ਸਾਡੇ 'ਚ ਹਿੱਸਾ ਲਿਆ ਜੀ। ਸਾਡਾ ਮਕਸਦ ਇਹ ਹੈ ਜੀ ਇਹਨਾਂ ਦਿਨਾਂ ਨੂੰ ਹੋਰ ਯਾਦਗਾਰੀ ਬਣਾਇਆ ਜਾਵੇ ਅਤੇ ਵੱਧ ਤੋਂ ਵੱਧ ਲੋਕ ਇਹਨਾਂ ਪ੍ਰਤੀ ਜਾਗਰੂਕ ਹੋਣ। ਕਿੰਨੇ ਕੁ ਡੋਨਰ ਖੂਨਦਾਨ ਕਰ ਦਿੱਤੇ? ਸਾਨੂੰ ਉਮੀਦ ਹੈ ਜੀ 100 ਪਲੱਸ ਹੈ ਜਿਹੜਾ ਉਹ ਅਸੀਂ ਕਰ ਦਾਂਗੇ ਜਨਤਾ। ਜਿਹੜੇ ਕਿਆ ਏਜੰਡੇ ਆ ਹੋਰ ਸਰ? ਏਜੰਡਾ ਸਾਡਾ ਜੀ ਮੇਨ ਜੋ ਹੈਗਾ ਜੀ ਯੂਥ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅਸੀਂ ਚਾਹੁੰਦੇ ਸਾਡਾ ਯੂਥ ਹੈ ਜੋ ਉਹ ਨਸ਼ਿਆਂ ਪ੍ਰਤੀ ਜਾਗਰੂਕ ਹੋ ਕੇ ਕਿ ਇਹਨਾਂ ਦਾ ਕੀ ਨੁਕਸਾਨ ਹੈ, ਕੀ ਸਾਡੀ ਪੀੜ੍ਹੀ ਨੂੰ ਅੱਗੇ ਨੁਕਸਾਨ ਹੋ ਰਿਹਾ ਜੀ। ਸਾਡਾ ਮੇਨ ਮਕਸਦ ਨਸ਼ੇ ਨੂੰ ਠੱਲ ਪਾਉਣਾ ਜੀ। ਧੰਨਵਾਦ।